ਸਤਿ ਸ਼੍ਰੀ ਅਕਾਲ ਜੀ। ਅਜੀਤ ਵੈਬ ਟੀਵੀ ਦੀ ਟੀਮ ਅੱਜ ਪਹੁੰਚੀ ਹੈ ਜੀ ਸਕੀਮ ਨੰਬਰ 7 ਵਿਖੇ, ਜਿੱਥੇ ਅੱਜ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਦਾ ਉਦਘਾਟਨ ਰੱਖਿਆ ਗਿਆ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ ਵੱਲੋਂ। ਤੇ ਆਓ ਉਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਹਾਂ ਜੀ ਕਿ ਜਿਹੜਾ ਇਹ ਪ੍ਰੋਜੈਕਟ ਤੁਸੀਂ ਸ਼ੁਰੂ ਕਰਵਾਇਆ, ਤੁਸੀਂ ਡ੍ਰੀਮ ਪ੍ਰੋਜੈਕਟ ਵੀ ਦੱਸ ਦਿਓ ਇਹਨੂੰ ਆਪਣਾ, ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਵੇਖੋ, ਇਸ ਬੱਸ ਸਟੈਂਡ ਦਾ ਅੱਜ ਤੋਂ 10 ਸਾਲ ਪਹਿਲਾਂ ਇੱਥੇ ਉਦਘਾਟਨ ਰੱਖਿਆ ਗਿਆ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ, ਔਰ ਉਹ ਬੜੀਆਂ ਲੋਕਾਂ ਦੀਆਂ ਮੇਰੇ ਖਿਆਲ 20 ਸਾਲ ਤੋਂ ਸੀਗੀ ਕਿ ਬੱਸ ਸਟੈਂਡ ਬਾਹਰ ਜਿਹੜਾ ਬਣੇ। ਸ਼ਹਿਰ 'ਚ ਕਾਫੀ ਹਾਦਸੇ ਹੋਏ ਆ, ਪਰ ਅਫਸੋਸ ਆ ਕਿ ਉਦਘਾਟਨ ਕਰਕੇ ਅਤੇ ਉਹਨੂੰ ਭੁੱਲ ਜਾਣਾ, ਇਹ ਮਾੜੀ ਗੱਲ ਆ। ਪਰ ਮੈਂ ਜੇ ਉਦਘਾਟਨ ਕੀਤਾ ਤਾਂ ਮੈਂ ਪੈਸਿਆਂ ਦਾ ਪ੍ਰਬੰਧ ਕਰਕੇ ਟੈਂਡਰ ਖੁੱਲ੍ਹਣ ਤੋਂ ਬਾਅਦ, ਕੰਮ ਅਲੋਟ ਹੋਣ ਤੋਂ ਬਾਅਦ ਅੱਜ ਉਦਘਾਟਨ ਕੀਤਾ। ਹੁਣ ਇਹ ਅੱਜ ਉਦਘਾਟਨ ਨਹੀਂ, ਇਹ ਕੰਮ ਸ਼ੁਰੂਆਤ ਕਰਤੀ ਆ, ਇਹ ਕੰਮ ਬੰਦ ਨਹੀਂ ਹੋਊਗਾ, ਡੇ ਨਾਈਟ ਕੰਮ ਚੱਲੂਗਾ ਔਰ ਜਲਦ ਤੋਂ ਜਲਦ ਜਿਹੜਾ ਬੱਸ ਸਟੈਂਡ ਤਿਆਰ ਕੀਤਾ ਜਾਵੇਗਾ। ਇਹ ਜਿਵੇਂ ਦੱਸਿਆ ਜਾ ਰਿਹਾ ਸੀਗਾ ਕਿ ਕੇਵਲ 180 ਦਿਨਾਂ ਦੇ ਵਿੱਚ ਜਿਹੜਾ ਹੈਗਾ ਇਹ ਕੰਮ ਨੂੰ ਪੂਰਾ ਕੀਤਾ ਜਾਵੇਗਾ, ਅਤੇ ਇਹਦੇ ਬਾਰੇ 'ਚ ਕੀ ਕਹੋਗੇ? ਦੇਖੋ, ਪਰਮਾਤਮਾ ਦੀ ਮਿਹਰ ਰਹੀ, ਕੋਈ ਇਹੋ ਜਿਹੀ ਵਿੱਚ ਪ੍ਰੋਬਲਮ ਨਾ ਆਵੇ ਤਾਂ 180 ਦਿਨਾਂ 'ਚ ਖੜਾ ਕਰਕੇ ਦੱਸਾਂਗੇ ਬੱਸ ਸਟੈਂਡ, ਡੇ ਨਾਈਟ ਕੰਮ ਚੱਲੂਗਾ। ਇਹ ਸਰ ਜਿਹੜੀ ਪੂਰੀ ਜਗ੍ਹਾ ਆ, ਜਿਵੇਂ 5 ਕਿਲੇ ਅਤੇ 6 ਕਨਾਲਾ, ਹਾਂ 5 ਕਿਲੇ ਅਤੇ 6 ਕਨਾਲਾ ਦੱਸਿਆ ਜਾ ਰਿਹਾ, ਇਹਦੇ ਵਾਸਤੇ ਜਿਹੜਾ ਅਲੋਟ ਹੋਈ ਰਕਮ ਆ ਉਹ ਹੈਗੀ 14.56 ਕਰੋੜ, 15.15 ਕਰੋੜ। ਤੁਹਾਨੂੰ ਕੀ ਲੱਗਦਾ ਕਿ ਜਿਹੋ ਜਿਹਾ ਤੁਸੀਂ ਵਧੀਆ ਇੱਕ ਸੋਚ ਰਹੇ ਹੋ ਉਹ ਇੰਨੇ ਪੈਸਿਆਂ 'ਚ ਪੂਰਾ ਹੋ ਜਾਏਗਾ? ਬਿਲਕੁਲ, ਬਕਾਇਦਾ ਉਹਦਾ ਐਸਟੀਮੇਟ ਲੱਗ ਕੇ ਪੈਸੇ ਲੱਗੇ ਆ, ਕੋਈ ਉਹ ਨਹੀਂ ਹੈ ਕਿ ਮਤਲਬ ਨਕਸ਼ਾ ਬਣ ਗਿਆ ਅਤੇ ਆਪਾਂ ਅੰਦਾਜ਼ਣ ਕਰਕੇ ਰੱਖੀ, ਪਰ ਜਿਹੜਾ ਬਕਾਇਦਾ ਪ੍ਰੋਪਰ ਉਹਦੀ ਹਰ ਚੀਜ਼ ਦੀ ਉਹਦੀ ਵੈਲਿਊ ਪਾ ਕੇ ਫਿਰ ਇਹ ਟੈਂਡਰ ਫਲੋਟ ਹੋਇਆ। ਜਿਵੇਂ ਕਿ ਤੁਸੀਂ ਇੱਕ ਬਹੁਤ ਵਧੀਆ ਇੱਕ ਮਾਡਲ ਬਣਾਉਣ ਦੀ ਸੋਚ ਰਹੇ, ਉਹਦੇ 'ਚ ਤੁਸੀਂ ਫਰਦਰ ਕੋਈ ਲੱਗੇਗਾ ਵੀ ਇਹਦੇ 'ਚ ਹੋਰ ਕਰਨ ਦੀ ਲੋੜ ਆ, ਪੈਸੇ ਦੀ ਪਰਮਾਤਮਾ ਵੱਲੋਂ ਕੋਈ ਕਿਰਪਾ ਨਹੀਂ, ਭਾਵੇਂ 15 ਹੋਰ ਲਵਾ ਲਿਓ ਬੱਸ ਸਟੈਂਡ। ਅਤੇ ਇੱਕ ਹੋਰ ਤੁਸੀਂ ਦੱਸਿਆ ਜੀ ਕਿ ਇੱਕ ਡ੍ਰੀਮ ਪ੍ਰੋਜੈਕਟ ਤੁਹਾਡਾ ਹੋਰ ਵੀ ਸੀਗਾ ਅੰਡਰ ਬ੍ਰਿਜ ਦਾ, ਉਹ ਵੀ ਜਿਹੜਾ ਹੈਗਾ ਜਲਦੀ ਸ਼ੁਰੂ ਹੋਣ ਵਾਲਾ ਅੰਡਰ ਬ੍ਰਿਜ ਦਾ। ਤਾਂ ਵੇਖੋ, ਮੁੱਖ ਮੰਤਰੀ ਸਾਹਿਬ ਮਨਪ੍ਰੀਤ ਬਾਦਲ ਜੀ ਦਾ, ਸਭ ਦਾ ਹੀ ਜਾਖੜ ਸਾਹਿਬ ਦਾ ਧੰਨਵਾਦ ਕਰਨਾ ਕਿ ਪੰਜਾਬ ਗਵਰਨਮੈਂਟ ਨੇ ਜਿਹੜਾ ਸੈਂਟਰ ਦਾ ਪੈਸਾ ਸ਼ੇਅਰ ਸੀਗਾ ਉਹ ਵੀ ਪੰਜਾਬ ਸਰਕਾਰ ਨੇ ਦਿੱਤਾ। ਉਹ ਅੰਦਾਜ਼ਨ 10.5 ਕਰੋੜ ਰੁਪਇਆ ਜਮ੍ਹਾਂ ਹੋਣਾ ਸੀਗਾ, ਉਹ ਜਮ੍ਹਾਂ ਕਰਾ ਚੁੱਕੇ ਹਾਂ ਅਸੀਂ, ਮੇਰੇ ਕੋਲ ਰਸੀਦ ਵੀ ਹੈਗੀ ਇਸ ਵਕਤ ਜੇਬ 'ਚ ਵਟਸਐਪ ਦੇ ਵਿੱਚ, ਔਰ ਉਹ ਹੁਣ ਟੈਂਡਰ ਉਹਨਾਂ ਨੇ ਫਲੋਟ ਕਰਨਾ, ਉਹ ਕਿੱਦਣ ਕਰਦੇ ਆ ਕੀ ਲੱਗਦਾ ਜੀ ਕਿੰਨੇ ਕੁ ਦੇਰ 'ਚ ਜਿਹੜਾ ਹੈਗਾ? ਮੈਂ ਜੀ ਭਾਵੇਂ ਟੈਚੀ ਫੜ ਕੇ ਦਿੱਲੀ ਨਾ ਬਹਿਣਾ ਪੈ ਜੇ, ਭਾਵੇਂ ਮੰਤਰੀਆਂ ਨਾਲ ਕੋਲ ਨਾ ਜਾਣਾ, ਪੈਸੇ ਜਦੋਂ ਅਸੀਂ ਦਿੱਤੇ ਆ ਤਾਂ ਉਹਨਾਂ ਨੂੰ ਸੈਂਕਸ਼ਨ ਟੈਂਡਰ ਲਾਉਂਦੇ ਆ, ਕੀ ਪ੍ਰੋਬਲਮ ਆ? ਸੋ ਮੇਰੀ ਸਿੰਗਲਾ ਸਾਹਿਬ ਨਾਲ ਗੱਲ ਹੋਈ, ਉਹ ਪਿੱਛੇ ਲੱਗੇ ਹੋਏ ਆ, ਬੜੀ ਉਮੀਦ ਆ ਕਿ ਆਪਾਂ ਮਹੀਨੇ ਦੇ ਅੰਦਰ ਅੰਦਰ ਟੈਂਡਰ ਉਹਨਾਂ ਕੋਲ ਲਵਾਵਾਂਗੇ। ਇੱਕ ਤੁਸੀਂ ਹੋਰ ਦੱਸਿਆ ਜੀ ਕਿ ਹਨੂੰਮਾਨ ਚੌਂਕ ਦੇ ਵਿੱਚ ਵੀ ਕੁਝ ਕੰਮ ਜਿਹੜੇ ਆ ਨਵੇਂ ਡਿਵੈਲਪਮੈਂਟ ਦੇ ਸ਼ੁਰੂ ਕਰਾਉਣੇ ਜਾ ਰਹੇ? ਮੇਰੇ ਖਿਆਲ ਹਫ਼ਤੇ 10 ਦਿਨ ਤੋਂ ਪਹਿਲਾਂ ਉੱਥੇ ਕਲੋਕ ਟਾਵਰ ਸ਼ੁਰੂ ਜਿਹੜਾ ਮੈਂ ਕਰ ਰਿਹਾ ਉਹਦਾ ਡਿਜ਼ਾਈਨ ਕਰ ਲਿਆ, ਡਿਜ਼ਾਈਨ ਵੀ ਉਦਣ ਹੀ ਦੱਸਾਂਗੇ ਮੇਰੇ ਕੋਲ ਆ ਉਹ ਵੀ। ਬੜੀ ਤੇਜ਼ੀ ਦੇ ਨਾਲ ਕੰਮਾਂ ਦੀ ਸਪੀਡ ਫੜੀ ਹੋਈ ਹੈ ਤੇ ਤੁਸੀਂ ਕੰਮ ਕਰਾਉਣ ਦੀ, ਇਹਦਾ ਸ਼੍ਰੇਅ ਕਿਹਨੂੰ ਦਿੰਦੇ ਹੋ? ਪਹਿਲਾਂ ਇਹ ਦੱਸੋ ਵੀ ਤੇਜ਼ੀ ਹੁਣ ਫੜੀ ਕਿ 4 ਸਾਲਾਂ ਦੀ ਤੇਜ਼ੀ? ਮੈਂ ਤੇਜ਼ੀ ਕਹਿ ਰਿਹਾ ਜੀ, ਕੰਮ ਦੀ ਤੇਜ਼ੀ ਕਹਿ ਰਿਹਾ, ਕਿਹੜੀ ਤੇਜ਼ੀ ਫੜੀ ਹੋਈ ਹੈ? ਤੇਜ਼ੀ ਜਿੱਦਣ 29,000 ਨਾਲ ਲੀਡ ਨਾਲ ਲੋਕਾਂ ਨੇ ਮੈਨੂੰ ਜਿਤਾਇਆ ਸੀ, ਤੇਜ਼ੀ ਉਦਣ ਹੀ ਮੇਰੇ 'ਚ ਆ ਗਈ ਸੀ ਵੀ ਲੋਕਾਂ ਨੇ ਕੁਝ ਸੋਚ ਕੇ ਨੌਜਵਾਨ ਚੁਣਿਆ। ਪਿਆਰ ਵੀ ਬਾਅਦ ਦੀ ਗੱਲ ਆ, ਲੋਕਾਂ ਨੇ ਇਹ ਸੋਚਿਆ ਕਿ ਮੁੰਡਾ ਨੌਜਵਾਨ ਆ, ਅਤੇ ਕਈਆਂ ਨੇ ਇਹ ਸੋਚਿਆ ਨੌਜਵਾਨ ਆ ਛੇਤੀ ਕੰਧ 'ਚ ਵੱਜੂ ਸਾਡੀ ਵਾਰੀ ਆ ਜੂਗੀ, ਪਰ ਕਈਆਂ ਨੇ ਇਹ ਸੋਚਿਆ ਕਿ ਪੜ੍ਹਿਆ ਲਿਖਿਆ ਚਲੋ ਨੌਜਵਾਨ ਮੁੰਡਾ ਵਧੀਆ ਕੰਮ ਕਰੂਗਾ, ਅਤੇ ਉਹ ਦੋ ਹੀ ਰਾਹ ਸੀ ਮੇਰੇ ਕੋਲ, ਅਤੇ ਪਰਮਾਤਮਾ ਨੇ ਸਿੱਧੇ ਰਾਹ ਪਾ ਕੇ 4 ਸਾਲ ਤੋਂ ਲਗਾਤਾਰ ਕੰਮ ਜਿਹੜਾ ਤੇਜ਼ੀ ਨਾਲ ਕਰ ਰਿਹਾ। ਔਰ ਹੁਣ ਜਿਹੜੀ 29 ਵਾਰਡਾਂ 'ਚ ਤਾਈਆਂ ਅੱਗੇ ਡਿਵੈਲਪਮੈਂਟ ਚੱਲਦੀ ਜੀ 4 ਸਾਲ 'ਚ, ਹੁਣ 1 ਸਾਲ 'ਚ ਜਿਹੜੀ 10-10 ਦਿਨਾਂ ਬਾਅਦ ਤੁਹਾਨੂੰ ਸੱਦਣ ਦੀ ਆਪਾਂ ਖੇਚਲ ਦਿਆ ਕਰਾਂਗੇ, 10-10 ਦਿਨ ਬਾਅਦ ਨਵੇਂ ਪ੍ਰੋਜੈਕਟ ਆਉਣਗੇ, ਇਹ ਸਾਲ ਸੁਪਰ ਡਿਵੈਲਪਮੈਂਟ ਹੋਏਗੀ। ਇਹ ਸਨ ਜੀ ਵਿਧਾਇਕ ਬਰਿੰਦਰਮੀਤ ਸਿੰਘ ਪਾੜਾ, ਜਿਨ੍ਹਾਂ ਨੇ ਦੱਸਿਆ ਕਿ ਇਹ ਜਿਹੜਾ ਸਾਲ ਹੈ ਇਹ ਗੁਰਦਾਸਪੁਰ ਦੇ ਲਈ ਜਿਹੜਾ ਹੈਗਾ ਸੁਪਰ ਡਿਵੈਲਪਮੈਂਟ ਦਾ ਰਹੇਗਾ, ਅਤੇ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਵੱਲੋਂ ਜਿਹੜਾ ਉਹਨਾਂ 'ਤੇ ਲਗਾਤਾਰ ਮਾਣ ਜਿਤਾਇਆ ਜਾ ਰਿਹਾ ਅਤੇ ਉਹਨੂੰ ਪੂਰਾ ਕਰਕੇ ਦਿਖਾਉਣਗੇ ਜੀ। ਹੁਣ ਸਾਡੇ ਨਾਲ ਨੇ ਜੀ ਤੁੰਗ ਬਿਲਡਰ ਤੋਂ ਲਖਵਿੰਦਰ ਸਿੰਘ ਹੋਣੀ, ਜਿਹੜੇ ਇਹਦੇ ਓਨਰ ਨੇ ਕੰਪਨੀ ਦੇ, ਅਤੇ ਜਿਨ੍ਹਾਂ ਨੂੰ ਇਹ ਠੇਕਾ ਦਿੱਤਾ ਗਿਆ ਪੂਰਾ, ਉਹ ਇਹਨਾਂ ਤੋਂ ਗੱਲ ਕਰਕੇ ਜਾਣਦੇ ਆ। ਸਰ, ਇਹ ਜਿਹੜਾ ਬੱਸ ਸਟੈਂਡ ਬਣਨ ਜਾ ਰਿਹਾ ਅਤੇ ਇਹਦੇ ਵਿੱਚ ਇਹਦਾ ਸਾਰਾ ਜਿਹੜਾ ਪ੍ਰਬੰਧ ਹੈ ਉਹ ਤੁਹਾਡੇ ਕੋਲ ਕੰਮ ਕਰਦਾ, ਅਤੇ ਕਿੰਨੀ ਦੇਰ ਦੇ ਵਿੱਚ ਜਿਹੜਾ ਪੂਰਾ ਹੋਣ ਦਾ? ਮੈਂ ਲਖਵਿੰਦਰ ਸਿੰਘ, ਤੁੰਗ ਬਿਲਡਰ ਪ੍ਰਾਈਵੇਟ ਲਿਮਿਟਡ ਕੰਪਨੀ ਦਾ ਚੇਅਰਮੈਨ ਹਾਂ। ਮੇਰੀ ਕੋਸ਼ਿਸ਼ ਇਹ ਹੈ ਵੀ ਜਿੰਨਾ ਇਹਦਾ ਮਿੱਥਾ ਟਾਈਮ ਆ ਪੂਰਾ, ਉਸ ਟਾਈਮ ਦੇ ਮੁਤਾਬਕ ਮੈਂ ਇਹਨੂੰ ਬਿਲਡਿੰਗ ਨੂੰ ਜਿਹੜੀ ਉਹ ਦੇਵਾਂਗਾ। ਸਰ, ਕਿੰਨਾ ਟਾਈਮ ਜਿਹੜਾ ਮਿੱਥਾ ਟਾਈਮ? 180 ਦਿਨ, ਲਗਭਗ 6 ਮਹੀਨੇ। ਲਗਭਗ? ਅੱਛਾ, ਅਤੇ ਇਹਦੀ ਜਿਹੜੀ ਟੋਟਲ ਕੋਸਟਿੰਗ ਆ ਉਹ ਕਿੰਨੀ ਆਏਗੀ ਜੀ? ਇਹਦੀ ਟੋਸਟ ਜਿਹੜੀ ਕਾਸਟ ਆ ਉਹ ਤਾਂ ਵੈਸੇ 20 ਕਰੋੜ ਤੋਂ ਉੱਪਰ ਆਏਗੀ, ਲੇਕਿਨ ਅਜੇ 15 ਕਰੋੜ ਦਾ ਜਿਹੜਾ ਟੈਂਡਰ ਹੋਇਆ, 15 ਕਰੋੜ ਰੁਪਏ ਦਾ ਟੈਂਡਰ ਹੋਇਆ। ਅਤੇ ਇਹ ਜਿਹੜਾ ਤੁਹਾਨੂੰ ਕੀ ਲੱਗਦਾ ਜੀ, ਇਹਦੇ ਬਾਹਰ ਆਉਣ ਦੇ ਨਾਲ ਜਾਂ ਇਹਦਾ ਕਿੱਦਾਂ ਦਾ ਹੁਲੀਆ ਬਣਾਇਆ ਜਾਏਗਾ ਜਿਹਦੇ ਨਾਲ ਜਿਹੜੀ ਹੈਗੀ ਆ ਲੋਕਾਂ ਨੂੰ ਜਿਹੜੀ ਸੁਵਿਧਾ ਵਧੀਆ ਤਰੀਕੇ ਨਾਲ ਪ੍ਰੋਵਾਈਡ ਹੋ? ਸਾਡੇ ਗੁਰਦਾਸਪੁਰ ਦੇ ਲੋਕਾਂ ਦੀ 40 ਸਾਲ ਦੀ ਡਿਮਾਂਡ ਸੀ, ਜਿਹੜੀ ਇਹ 40 ਸਾਲ ਦੀ ਡਿਮਾਂਡ ਹੈ ਨਾ, ਇਹਨਾਂ ਨੇ ਸਾਡੇ MLA ਸਾਹਿਬ ਨੇ ਗੁਰਦਾਸਪੁਰ ਦੇ, ਅਤੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਅਤੇ ਜਿਹੜੀ ਡਿਮਾਂਡ 'ਚ ਲੋਕਾਂ ਦੀ ਪੂਰੀ ਕਰਨ ਜਾ ਰਹੇ ਆ, ਇਸ ਕਰਕੇ ਲੋਕਾਂ ਦੀ ਡਿਮਾਂਡ
बहुत ज़्यादा जी सहूलत मिलेगी। तो सहूलत वध की हो सकती है, सब तो वध सहूलत जी बस स्टैंड बनने नाल जी लोगों को बहुत ज़्यादा मिलेगी। शहर तो रश घटेगा, शहर तो ट्रैफिक घटेगी, वो जी लोगों की बार बार बस स्टैंड की आमदन वधेगी। प्रोमोटर्स को यह बहुत फायदा होगा, जिन्ना पैसा लाएंगे वो जल्दी 5-7 साल पूरा कर लेंगे तो लोगों को सहूलत होगी। कैमरामैन विशाल मुन्ना दे नाल मैं गुरप्रताप सिंह जीत वैब टीवी गुरदासपुर। देश दुनिया दीआं ताज़ा खबरां दे लई हुणे प्ले स्टोर तों डाउनलोड करो पंजाब दी आवाज़ अजीत न्यूज़ ऐप। हुण तुहाडा अपना अजीत हर सोशल मीडिया प्लेटफार्म दे उत्ते उपलब्ध है। फेसबुक दे उत्ते हुणे लाइक ते फॉलो करो अजीत दा ऑफिशियल पेज डेली अजीत ते हां नाल ही दोस्तां नूं पेज लाइक करन दे लई इनवाइट करना ना भुलणा। इन्ना ही नहीं हिंदी दे विच खबरां वास्ते लाइक ते फॉलो करो साडा फेसबुक पेज अजीत समाचार हिंदी। यूट्यूब दे उत्ते वीडियो खबरां देखण दे लई हुणे सबसक्राइब करो अजीत दा ऑफिशियल यूट्यूब चैनल अजीत वैब टीवी। तुहाडा अपना अजीत हुण ट्विटर ते इंस्टाग्राम दे उत्ते भी उपलब्ध है। ट्विटर दे उत्ते खबरां दे लई फॉलो करो डेली अजीत ते इंस्टाग्राम दे उत्ते खबरां दे नाल नाल वीडियो देखण दे लई फॉलो करो ब्लू टिक वाला साडा ऑफिशियल चैनल डेली अजीत। इन्ना ही नहीं अजीत दे वीडियो हुण तुसीं एप्पल टीवी दे उत्ते भी वेख सकदे हो ते नाल ही अजीत अखबार दा डिजिटल एडिशन पढ़न दे लई डाउनलोड करो अजीत ई पेपर ऐप। तुहाडा अपना भरोसेयोग चैनल, तुहाडी अपनी आवाज़, पंजाब दी आवाज़ अजीत।